ਸਿਮਰਜੀਤ ਸਿੰਘ ਮਾਨ ਬਲੋ ਭਗਤ ਕਹਿਣ ਦੇ ਮੁੱਦੇ ਤੇ ਗੁਰੂ ਰਵਿਦਾਸ ਟੈਗਰ ਫੋਰਸ ਦੇ ਪ੍ਰਧਾਨ ਜਸੀਤ ਲੰਡਾ ਵੱਡਾ ਬਿਆਨ ਉਹਨਾਂ ਨੇ ਕਿਹਾ ਕਿ ਸੰਤ ਸਮਾਜ ਇੱਕ ਹੁਕਮਨਾਮਾ ਜਾਰੀ ਕਰੇ ਕਿ ਜਿਹੜੇ ਕੀਰਤਨੀ ਜਥੇ ਜਾਂ ਜਿਹੜੇ ਪ੍ਰਚਾਰਕ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਭਗਤ ਕਹਿ ਕੇ ਸਮੋਧਨ ਕਰਦੇ ਹਨ ਉਹਨਾਂ ਦਾ ਬਾਈਕਾਟ ਕੀਤਾ ਜਾਵੇ ਅਤੇ ਜਿਹੜੀਆਂ ਪ੍ਰਬੰਧਕ ਕਮੇਟੀਆਂ ਉਹਨਾਂ ਕੀਰਤਨ ਜਥਿਆਂ ਨੂੰ ਬੁਲਾਉਂਦੀਆਂ ਜਿਹੜੇ ਗੁਰੂ ਰਵਿਦਾਸ ਦਾ ਸਤਕਾਰ ਨਹੀਂ ਕਰਦੇ ਉਹਨਾਂ ਤੇ ਵੀ ਜਿਹੜੀ ਹੈ ਕਾਰਵਾਈ ਕੀਤੀ ਜਾਵੇ ਸਿਮਰਜੀਤ ਸਿੰਘ ਮਾਨ ਵੱਲੋਂ ਭਗਤ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਸੀ ਜਸੀ ਤਲਨ ਨੇ ਕਿਹਾ ਕਿ ਜਲਦੀ ਹੀ ਦਰਖਾਸਤ ਦਿੱਤੀ ਜਾਵੇਗੀ ਦੇਖੋ ਇਸ ਵੀਡੀਓ ਨੂੰ ਤਾਂ ਸ਼ੇਅਰ ਕਰ ਦਿਓ ਪਰ ਸਾਡੇ ਜਿਹੜੇ ਰੈਵਰਾਂ ਨੂੰ ਬਾਰ-ਬਾਰ ਜਿਹੜਾ ਭਗਤ ਕਹਿਣਾ ਇਹ ਹੀ ਜਿਹੜਾ ਮੁੱਦਾ ਹੁਣ ਚੱਲ ਵੀ ਰਿਹਾ ਸੋ ਇਹਦੇ ਉੱਪਰ ਜਿਹੜਾ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਪਾਂ ਪਿੱਛੇ ਜੇ ਵੀ ਸੰਤ ਮਹਾਂਪੁਰਸ਼ਾਂ ਨੂੰ ਕਿਹਾ ਸੀ ਵੀ ਤੁਸੀਂ ਇੱਕ ਸਾਰੇ ਮਹਾਂਪੁਰਸ਼ ਜਿਹੜੇ ਇਕੱਠੇ ਹੋ ਕੇ ਹੁਕਮਨਾਮਾ ਜਾਰੀ ਕਰੋ ਵੀ ਜਿਹੜੇ ਇਹ ਕੀਰਤਨੀਏ ਦਿੱਤੇ ਬਾਰੇ ਜਿਹੜੇ ਪ੍ਰਚਾਰ ਵੀ ਕਰਦੇ ਆ ਜਿਹੜੇ ਬਾਰ ਬਾਰ ਭਗਤ ਕਹਿੰਦੇ ਆ ਉਹਨਾਂ ਦਾ ਪਹਿਲਾਂ ਬਾਈਕਾਟ ਹੋਣਾ ਚਾਹੀਦਾ ਅਤੇ ਜਿਹੜੇ ਕਮੇਟੀ ਵਾਲੇ ਚਾਹੇ ਉਹ ਸਾਡੇ ਸਮਾਜ ਦੇ ਆ ਦੂਜੇ ਆ ਜਿਹੜੇ ਉਹ ਬੁਲਾਉਂਦੇ ਆ ਉਹਨਾਂ ਨੂੰ ਬੁਲਾ ਕੇ ਜਿਹੜੀਆਂ ਭੇਟਾਂ ਦੇ ਕੇ ਉਹਨਾਂ ਨੂੰ ਸਟੇਜਾਂ ਦੇ ਉੱਪਰ ਬੁਲਾਉਂਦੇ ਆ ਉਸ ਕਮੇਟੀ ਦੇ ਰਿਐਕਸ਼ਨ ਜਿਹੜਾ ਹੋਣਾ ਚਾਹੀਦਾ ਤਾਂ ਜੋ ਇਹ ਚੀਜ਼ ਨੂੰ ਆਪਾਂ ਖਤਮ ਕਰ ਸਕੀਏ ਅਤੇ ਸਿਮਰਜੀਤ ਮਾਨ ਸਾਹਿਬ ਦੇ ਅਜੇ ਤੱਕ ਕਿਸੇ ਵੀਰ ਨੇ ਮਿਲਦਾ ਦਰਖਾਣ ਹੀ ਦਿੱਤੀ ਸਾਨੂੰ ਉਸ ਮੁਜੇ ਸਮਾਜ ਨੂੰ ਇਕੱਠੇ ਹੋ ਗਏ ਜਿਹੜੇ ਆ ਇਹ ਚੀਜ਼ ਦੇ ਉੱਪਰ ਐਕਸ਼ਨ ਚੁੱਕਣਾ ਚਾਹੀਦਾ ਵੀ ਜਿਹੜੇ ਲੋਕ ਕਹਿੰਦੇ ਆ ਜੇਕਰ ਇਹ ਹੀ ਲੋਕ ਆਪਾਂ ਸਾਡੇ ਸਮਾਜ ਦੇ ਬੰਦੇ ਨੇ ਕਿਸੇ ਨੇ ਕਿਸੇ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਇਆ ਹੁੰਦਾ ਤੇ ਸਾਰਿਆਂ ਨੇ ਇਕੱਠੇ ਹੋ ਕੇ ਸੜਕਾਂ ਤੇ ਕੰਨਾ ਹੀ ਸੋ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਵਾਲਮੀਕੀ ਹਰਿ ਵਾਲਮੀਕੀ ਜੈ ਪੀਮ ਜੈ ਪਾਤ ਸੋ ਧੰਨ ਧੰਨ ਸਤਿਗੁਰੂ ਵਿਦਾਸ ਮਹਾਰਾਜ ਦੇ 647ਵੇਂ ਪ੍ਰਕਾਸ਼ ਜੜੀ ਸਾਰੇ ਹੀ ਸੰਗਤਾਂ ਨੇ ਬੜੀ ਸ਼ਰਧਾ ਉਲਾਸ ਨਾਲ ਜਿਹੜਾ ਮਨਾਇਆ ਗਿਆ ਵਿਦੇਸ਼ਾਂ ਵਿੱਚ ਸੰਗਤਾਂ ਬੈਠੀਆਂ ਪੂਰੇ ਵਰਲਡ ਦੇ ਭਾਰਤ ਦੇ ਪੰਜਾਬ ਦੇ ਹਰ ਕੋਨੇ ਵਿੱਚ ਜਗਾਰੇ ਜਿਹੜੇ ਆ ਜੈ ਗੁਰਦੇਵ ਦੇ ਲੱਗੇ ਗਏ ਸੋ ਹਰ ਦੇ ਨਿਸ਼ਾਨ ਜਿਹੜੇ ਆ ਉਹ ਝੁੱਲੇ ਸੋ ਸਾਰੇ ਸ਼ਰਧਾਂ ਪੂਰਵਕ ਸਾਰੇ ਸਤ ਸੰਤ ਮਹਾਪੁਰਸ਼ਾਂ ਨੇ ਸਾਰੇ ਹੀ ਡੇਰੇ ਮਹਾਪੁਰਸ਼ਾਂ ਦੇ ਵਿੱਚ ਜਿਹੜਾ ਪ੍ਰੋਗਰਾਮ ਬਣਾਇਆ ਗਿਆ ਪਰ ਪਿਛਲੇ ਸਾਲ ਨਾਲੋਂ ਇਸ ਸਾਲ ਪਿਛਲੇ ਸਾਲ ਤਾਂ ਬਹੁਤ ਜ਼ਿਆਦਾ ਕਹਿ ਸਕਦੇ ਆਂ ਵੀ ਸਤਗੁਰ ਰਵਿਦਾਸ ਮਹਾਰਾਜ ਦਾ ਨਾਮ ਜਿਹੜਾ ਵਾਰ-ਵਾਰ ਪੋਸ਼ਟਾਂ ਪਉਂਦੇ ਸੀ ਇਸ ਸਾਲ ਜਿਹੜੀਆਂ ਬਹੁਤ ਕੁਝ ਵੀ ਜਿਹੜੀਆਂ 5% ਕਹਿ ਸਕਦੇ ਆਂ ਆਪਾਂ ਵੀ 95% ਲੋਕ ਜਿਹੜੇ ਆ ਇਹ ਚੀਜ਼ ਤੋਂ ਰਹਿਤ ਹੋ ਗਿਆ ਵੀ ਹੁਣ ਥੋੜੇ ਲੋਕ ਜਿਹੜੇ ਰਹਿ ਗਏ ਆ ਪਿੱਛੇ ਜੀ ਇੱਕ ਬੜੀ ਸੋਸ਼ਲ ਮੀਡੀਆ ਤੇ ਪੋਸਟ ਚੱਲ ਰਹੀ ਆ ਜਿੱਦ ਸਿਮਰਜੀਤ ਮਾਨਸਾ ਉਹਨਾਂ ਨੇ ਜਿਹੜਾ ਧੰਨ ਧੰਨ ਜਗਤਗੁਰੂ ਸਤਗੁਰੂ ਰਵਿਦਾਸ ਮਹਾਰਾਜ ਨੂੰ ਸਾਡੇ ਜਿਹੜਾ ਲਿਖਿਆ ਵੀ ਭਗਤ ਰਵਿਦਾਸ ਦਾ ਜਨਮ ਦਿਨ ਦੇਖੋ ਇੱਕ ਤਾਂ ਚੀਜ਼ ਆ ਵੀ ਜਿਹੜਾ ਜਨਮ ਦਿਨ ਆ ਜਨਮ ਦਿਨ ਜਿਹੜਾ ਇਨਸਾਨ ਦਾ ਹੁੰਦਾ ਹੈ ਜਿਹੜੇ ਧਰਤੀ ਤੇ ਉੱਪਰ ਪ੍ਰਕਾਸ਼ ਹਨੇਰੇ ਨੂੰ ਹਨੇਰੇ ਤੋਂ ਰੋਸ਼ਨੀ ਚ ਲੈ ਕੇ ਗਿਆ ਉਹ ਸਾਡੇ ਸਤਗੁਰੂਆ ਕਿਉਂਕਿ ਉਹ ਪਰਮਾਤਮਾ ਸਾਖਸ਼ਰ ਪਰਮਾਤਮਾ ਧਰਤੀ ਤੇ ਆ ਕੇ ਜਿਨ੍ਹਾਂ ਨੇ ਜਿਨ੍ਹਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 40 ਸਬਜਕ ਸ਼ਲੋਕ ਦਰਜ ਹੈ ਜਿਨ੍ਹਾਂ ਨੇ 52 ਰਾਜੇ ਨੂੰ ਆਪਣੇ ਚਰਨੀ ਲਾਇਆ ਅਤੇ ਉਸ ਸਮੇਂ ਦੇ ਵਿੱਚ ਵਜ਼ੀਰਾਂ ਨੂੰ ਆਪਣੇ ਚਰਨੀ ਲਾਇਆ ਜਿਸ ਸਮੇਂ ਪੜ੍ਹਨ ਦਾ ਸੁਣਨ ਦਾ ਬੋਲਣ ਦਾ ਪੈਣ ਦਾ ਅਧਿਕਾਰ ਨਹੀਂ ਸੀਗਾ ਤੇ ਉਹਨੇ ਵੱਡੇ ਵੱਡੇ ਜਿਹੜੇ ਮਹਾਰਥੀ ਜਿਹੜੇ ਆਪਣੇ ਹੁਣਕਾਉਂਦੇ ਸੀ ਉਹ ਚੀਜ਼ ਨੂੰ ਜਿਹੜੇ ਖੰਡਨ ਕਰਕੇ ਆਪਣੇ ਸਮਾਜ ਦਾ ਨਾਂ ਆਪਣੇ ਵੰਚ ਦਾ ਵਿੱਚ ਜਿਹੜੀ ਸਾਡੀ ਚੱਲ ਰਹੀ ਆ ਉਹ ਉੱਪਰ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਗੁਰੂ ਰਵਿਦਾਸ ਮਹਾਰਾਜ ਦਾ ਨਾਮ ਜਿਹੜਾ ਹੈ ਕਹਿ ਰਵਿਦਾਸ ਖਲਾਸ ਜਮਾਨਾ ਦੇਖੋ ਖਲਾਸ ਜਮਾਨ ਦੇ ਨਾਮ ਦੇ ਦਰਜ ਜਿਹੜੀ ਬਾਣੀਆਂ ਉਹ ਸੇਮ ਉਸ ਤਰ੍ਹਾਂ ਦੇ ਦਰਜ ਹੈ ਪਰ ਸਾਡੇ ਜਿਹਨੇ ਡੇਰੇ ਆ ਸਾਡੇ ਸਭ ਤੋਂ ਮੱਕਾ ਮਦੀਨਾ ਸਾਡੇ ਡੇਰਾ ਸਸਕਣ ਬੱਲਾ ਜਿੱਥੇ ਕਿ ਸਤਗੁਰੂ ਰਵਿਦਾਸ ਮਹਾਰਾਜ ਦਾ ਨਾਮ ਜਿਹੜਾ ਬੜੇ ਸ਼ਰਧਾ ਨਾਲ ਲਿਆ ਜਾਂਦਾ ਹੈ ਆ ਦੇ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਗਤ ਦਾ ਸੋਸਾਇਟੀ ਦੇ ਜਿਹੜੇ ਪੰਜਾਬ ਦੇ ਡੇਰੇ ਆ ਸਾਰੇ ਮਹਾਂਪੁਰਜ ਜਿਹੜੀ ਵਿਦੇਸ਼ਾਂ ਈ ਧਰਤੀ ਵਿੱਚ ਰਹਿੰਦੇ ਲੋਕ ਆ ਚਾਹੇ ਉਹ ਕਿਸੇ ਵੀ ਕੰਟਰੀ 'ਚ ਹੋਣ ਪਰ ਸਾਡੇ ਸੰਤ ਮਹਾਂਪੁਰਸ਼ ਮੈਂ ਬਾਰ-ਬਾਰ ਪਿੱਛੇ ਜੀ ਬਿੜੀ ਪਾਈ ਸੀ ਵੀ ਸਾਡੇ ਮਹਾਂਪੁਰਸ਼ਾਂ ਨੇ ਕਦੀ ਕਿਸੇ ਜਥੇਬੰਦੀ ਨੇ ਕਿਸੇ ਸਮਾਜ ਦੇ ਬੰਦਿਆਂ ਨੇ ਕਿਸੇ ਧਰਮ ਦੇ ਬਰਖਲਾਵ ਜਾਂ ਉਹਨਾਂ ਦੀ ਆਸਤਾ ਦੇ ਬਰਖਲਾਵ ਕਦੀ ਨਹੀਂ ਕੋਈ ਬੋਲੇ ਪਰ ਸਾਡੇ ਜਿਹੜੇ ਰੈਵਰਾਂ ਨੂੰ ਬਾਰ-ਬਾਰ ਜਿਹੜਾ ਭਗਤ ਕਹਿਣਾ ਇਹ ਹੀ ਜਿਹੜਾ ਮੁੱਦਾ ਹੁਣ ਚੱਲ ਵੀ ਰਿਹਾ ਸੋ ਇਹਦੇ ਉੱਪਰ ਜਿਹੜਾ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਪਾਂ ਪਿੱਛੇ ਜੀ ਵੀ ਸੰਤ ਮਹਾਂਪੁਰਸ਼ਾਂ ਨੂੰ ਕਿਹਾ ਸੀ ਵੀ ਤੁਸੀਂ ਇੱਕ ਸਾਰੇ ਮਹਾਂਪੁਰਸ਼ ਜਿਹੜੇ ਇਕੱਠੇ ਹੋ ਕੇ ਹੁਕਮਨਾਮਾ ਜਾਰੀ ਕਰੋ ਵੀ ਜਿਹੜੇ ਇਹ ਕੀਰਤਨੀਏ ਜਥੇਬਾਰੀ ਜਿਹੜੇ ਪ੍ਰਚਾਰ ਵੀ ਕਰਦੇ ਆ ਜਿਹੜੇ ਬਾਰ ਬਾਰ ਭਗਤ ਕਹਿੰਦੇ ਆ ਉਹਨਾਂ ਦਾ ਪਹਿਲਾਂ ਬਾਈਕਾਟ ਹੋਣਾ ਚਾਹੀਦਾ ਅਤੇ ਜਿਹੜੇ ਕਮੇਟੀ ਵਾਲੇ ਚਾਹੇ ਉਹ ਸਾਡੇ ਸਮਾਜ ਦੇ ਆ ਦੂਜੇ ਆ ਜਿਹੜੇ ਉਹ ਬੁਲਾਉਂਦੇ ਆ ਉਹਨਾਂ ਨੂੰ ਬੁਲਾ ਕੇ ਜਿਹੜੀਆਂ ਭੇਟਾਂ ਦੇ ਕੇ ਉਹਨਾਂ ਨੂੰ ਸਟੇਜਾਂ ਦੇ ਉੱਪਰ ਬੁਲਾਉਂਦੇ ਆ ਉਸ ਕਮੇਟੀ ਦੇ ਵੀ ਐਕਸ਼ਨ ਜਿਹੜਾ ਹੋਣਾ ਚਾਹੀਦਾ ਤਾਂ ਜੋ ਇਹ ਚੀਜ਼ ਨੂੰ ਆਪਾਂ ਖਤਮ ਕਰ ਸਕੀਏ ਅਤੇ ਸਿਮਰਜੀਤ ਮਾਨ ਸਾਹਿਬ ਦੇ ਅਜੇ ਤੱਕ ਕਿਸੇ ਵੀ ਨਿਮਨਲਾ ਦਾ ਦਰਖਾਣ ਹੀ ਦਿੱਤੀ ਸਾਨੂੰ ਸਮੁੱਚੇ ਸਮਾਜ ਨੂੰ ਇਕੱਠੇ ਹੋ ਕੇ ਜਿਹੜਿਆ ਇਹ ਚੀਜ਼ ਦੇ ਉੱਪਰ ਐਕਸ਼ਨ ਚੁੱਕਣਾ ਚਾਹੀਦਾ ਵੀ ਜਿਹੜੇ ਲੋਕ ਕਹਿੰਦੇ ਆ ਜੇਕਰ ਇਹੀ ਲੋਕ ਆਪਾਂ ਸਾਡੇ ਸਮਾਜ ਦੇ ਬੰਦੇ ਨੇ ਕਿਸੇ ਨੇ ਕਿਸੇ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਈ ਹੁੰਦਾ ਤੇ ਸਾਰਿਆਂ ਨੇ ਇਕੱਠੇ ਹੋ ਕੇ ਸੜਕਾਂ ਤੇ ਕੰਨਾਂ ਹੀ ਮੈਂ ਤਾਂ ਕਿਸਾਨ ਜੱਥੇਬੰਦੀਆਂ ਨੂੰ ਹੋਰ ਜਿਹੜੇ ਸਿੱਖ ਆਗ ਮਹਾਪੁਰਸ਼ਾਨੀ ਬਾਣੀ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਦਰਦਿਆ ਤੋ ਅਸੀਂ ਸਾਰੇ ਮਹਾਪੁਰ ਸਾਡੇ ਸਤਕਾਰ ਨਾਲ ਕਹਿੰਦੇ ਆ ਤੇ ਇਹ ਚੀਜ਼ ਨੂੰ ਜਿਹੜਾ ਆ ਇਹ ਵਾਰ-ਵਾਰ ਭਗਤ ਕਹਿਣਾ ਜਿਹੜਾ ਅਸੀਂ ਸਾਡੀਆਂ ਆਸਤਾ ਦੇ ਵਰਖਲਾ ਆ ਪਿਆ ਸੋ ਅਸੀਂ ਸਿਮਰਨਜੀਤ ਮਾਨਸਾਹਬ ਦੇ ਖਿਲਾਫ ਜਿਹੜਾ ਸਖਤ ਐਕਸ਼ਨ ਲੈਣ ਵਾਸਤੇ ਜਲਦੀ ਹੀ ਮੀਟਿੰਗ ਕਰਕੇ ਜਿਹੜਾ ਵੱਡੇ ਪੱਧਰ ਤੇ ਉੱਪਰ ਜਿਹੜਾ ਐਕਸ਼ਨ ਲਿਆ ਜਾਊਗਾ